श्री गुरु रविदास मंदिर कटड़ा मोहल्ला बस्ती दानिशमंदा जालंधर में मकर संक्रांति का पावन त्यौहार बड़ी ही धूमधाम से मनाया गया, जिसमें मंदिर की स्त्री सत्संग सभा की ओर से कीर्तन कर माहौल को भक्ति में रूप प्रदान किया गया। इस अवसर पर मंदिर प्रबंधक कमेटी के प्रधान एवं पार्षद मदन लाल खिंदर ने विशेष रूप से उपस्थित होकर माथा टेक आशीर्वाद प्राप्त किया। इस मौके पर उप प्रधान राकेश लोच, उप प्रधान प्रदीप कुमार थापा, अनुराग खिंदर, उप चेयरमैन स्वर्ण यादव, सचिव सतपाल पाला, महेश अंगुराल, ओम प्रकाश लोच, तरसेम लाल कलरूपिया, मदन लाल वसन, चमन लाल, राजकुमार जस्सम, रमेश कुमार, दीवान चंद, अमरनाथ भंडारी, बलबीर लोच, स्त्री सत्संग सभा की प्रधान दयावंती, सचिव कृष्णा देवी, रानी लोच, उषा लोच, सुमन लोच, राजरानी खिंदर, बेबी डालिया, शोभा मीनिया, सावित्री देवी, कौशल्या बब्बो, अरुणा लोच सहित असंख्य भक्तजन मौजूद रहे। जालंधर से हलचल के लिए कैमरामैन सुरेंद्र बाबा की रिपोर्ट। ਸਾਰਿਆਂ ਨੂੰ ਜੈ ਗੁਰੂ ਜੀ, ਜੈ ਸ਼੍ਰੀ ਅਰਦਾਸ। ਅੱਜ ਸੰਗਰਾਮ ਦਾ ਪਵਿੱਤਰ ਦਿਹਾੜਾ ਹੈ। ਸਾਰੀਆਂ ਹੀ ਸੰਗਤਾਂ ਸਤਿਗੁਰ ਅਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਨਾਮ ਸਿਖਾਉਣ ਵਾਸਤੇ ਔਰ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਗੁਰੂ ਘਰ ਪਹੁੰਚੀਆਂ ਹਨ। ਔਰ ਅੱਜ ਨਵੇਂ ਮਹੀਨੇ ਦਾ ਨਾਂ ਸਾਡੇ ਗੁਰੂ ਘਰ ਦੇ ਪਾਠੀ ਆ ਗਈ ਹੈ। ਚਮਲਾ ਜੀ ਰਾਤ ਉਹਨਾਂ ਨੇ ਬਾਣੀ ਦੇ ਵਿੱਚੋਂ ਸ਼ਬਦ ਲੈ ਕੇ ਅੱਜ ਦਾ ਸਤਸੰਗ ਸਾਰੀ ਸੰਗਤ ਨੂੰ ਸਰਵਣ ਕਰਾਇਆ। ਮਾਘ ਮਹੀਨੇ ਦੀ ਸ਼ੁਰੂਆਤ ਹੋਈ ਹੈ। ਸਾਰੀਆਂ ਹੀ ਸੰਗਤਾਂ ਸਤਿਗੁਰੂ ਰਵਿਦਾਸ ਮਹਾਰਾਜ ਕਰਨਾ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਅੱਜ ਦੇ ਇਸ ਪਵਿੱਤਰ ਦਿਹਾੜੇ 'ਤੇ, ਇਸ ਬਹੁਤ ਹੀ ਪਵਿੱਤਰ ਅਸਥਾਨ 'ਤੇ ਬੈਠੀ ਹੋਈ ਸ਼੍ਰੀ ਸਾਧ ਸੰਗਤ ਜੀ, ਅੱਜ ਮਕਰ ਸੰਕ੍ਰਾਂਤੀ ਦਾ ਬਹੁਤ ਹੀ ਪਵਿੱਤਰ ਦਿਹਾੜਾ ਹੈ। ਆਮ ਤੌਰ 'ਤੇ ਸੰਕ੍ਰਾਂਤ ਹਰ ਮਹੀਨੇ ਆਉਂਦੀ ਹੈ, ਲੇਕਿਨ ਇਹ ਸੰਕ੍ਰਾਂਤ ਜਿਹੜੀ ਸਾਲ 'ਚ ਇੱਕ ਵਾਰੀ, ਸਾਡੇ ਹਿੰਦੁਸਤਾਨ ਦੇ ਵਿੱਚ ਹੀ ਇਸ ਦੀ ਬਹੁਤ ਮਹੱਤਤਾ ਹੈ। ਕਈ ਜਗ੍ਹਾ ਇਸਨੂੰ ਪੋਂਗਲ ਅਤੇ ਬੀਹੂ ਜਿਵੇਂ ਮਾਘੀ ਕਰਕੇ ਔਰ ਨਵੇਂ ਸਾਲ ਦੇ ਕਰਕੇ ਵੀ ਇਸਨੂੰ ਮਨਾਇਆ ਜਾਂਦਾ, ਔਰ ਇਸਦਾ ਬਹੁਤ ਮਹੱਤਵ ਹੈ। ਅੱਜ ਸਾਰੀਆਂ ਸੰਗਤਾਂ ਤੁਸੀਂ ਇੱਥੇ ਪਰਮਾਤਮਾ ਦੇ ਘਰ ਦੇ ਵਿੱਚ ਪਰਮਾਤਮਾ ਦੇ ਨਾਮ ਦੇ ਨਾਲ ਜੁੜੀਆਂ ਹੋ। ਮੈਂ ਆਪ ਸਭ ਨੂੰ ਇਸ ਪਵਿੱਤਰ ਮੌਕੇ 'ਤੇ ਬਹੁਤ ਬਹੁਤ ਵਧਾਈ ਦਿੰਦਾ ਹਾਂ ਅਤੇ ਪਰਮਾਤਮਾ ਦੇ ਸ਼੍ਰੀ ਗੁਰੂ ਰਵਿਦਾਸ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਜਿਹੜਾ ਸਾਲ ਹੈ ਤੁਹਾਡੇ ਵਾਸਤੇ ਖੁਸ਼ੀਆਂ ਭਰੀਆਂ ਆਵੇ, ਸੁੱਖ ਸ਼ਾਂਤੀ ਸਮ੍ਰਿੱਧੀ ਔਰ ਤੁਹਾਡੇ ਜੀਵਨ ਦੇ ਵਿੱਚ ਨਵੀਆਂ ਉਮੰਗ ਉਤਸ਼ਾਹ ਲੈ ਕੇ ਆਵੇ। ਔਰ ਇੱਕ ਹੋਰ ਮੈਂ ਜਿਹੜੀ ਗੱਲ ਬਾਰ ਬਾਰ ਕਹਿੰਦਾ ਹਾਂ ਕਿ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਹੈ, ਉਹਨਾਂ ਨੂੰ ਪੜ੍ਹਾਉਣਾ ਹੈ, ਪੜ੍ਹਾ ਲਿਖਾ ਕੇ ਉਹਨਾਂ ਨੂੰ ਇੱਕ ਅੱਛੇ ਸਮਾਜ ਦਾ ਜਿਹੜਾ ਨਾਗਰਿਕ ਬਣਾਉਣਾ ਹੈ, ਤਾਂ ਕਿ ਉਹ ਸਮਾਜ ਦੇ ਵਿੱਚ ਆਪਣਾ ਜਿਹੜਾ ਰੁਤਬਾ ਬਣਾ ਸਕਣ, ਜਿਸ ਤਰ੍ਹਾਂ ਕਿ ਸਾਡੇ ਸਕੱਤਰ ਸਾਹਿਬ ਸ਼੍ਰੀ ਸਤਪਾਲ ਪਾਲਾ ਜੀ ਨੇ ਦੱਸਿਆ ਕਿ ਅੱਜ ਬੇਟਾ ਮੇਰਾ ਬੇਟਾ ਕੀ ਹੈ, ਉਹ ਪਰਮਾਤਮਾ ਦਾ ਹੀ ਸਭ ਕੁਛ ਦਿੱਤਾ ਹੋਇਆ, ਲੇਕਿਨ ਕਹਿਣ ਨੂੰ ਕਹਿਣਾ ਪੈਂਦਾ ਕਿ ਉਹ IAS ਕਰਕੇ ਕਮਿਸ਼ਨਰ ਬਣਿਆ, ਪਹਿਲੇ ਡਿਪਟੀ ਕਮਿਸ਼ਨਰ ਸੀ, ਹੁਣ ਕਮਿਸ਼ਨਰ ਬਣਿਆ ਹੈ ਔਰ 5 ਜ਼ਿਲ੍ਹਿਆਂ ਦੇ ਜਿਹੜੇ DC ਉਹ ਵੀ ਅੰਡਰ ਹੈਗੇ ਨੇ ਇਸ ਵੇਲੇ। ਤੋ ਇਹ ਪੜ੍ਹਾਈ ਦਾ ਹੀ ਸਾਰਾ ਹੈਗਾ ਜਿਹੜੇ ਕਿ ਸਾਨੂੰ ਬਾਬਾ ਸਾਹਿਬ ਡਾਕਟਰ BR ਅੰਬੇਦਕਰ ਨੇ ਇਸ ਮੁਕਾਮ 'ਤੇ ਪਹੁੰਚਣ ਵਾਸਤੇ ਸਾਨੂੰ ਸਾਰੀਆਂ ਜਿਹੜੀਆਂ ਸੁਵਿਧਾਵਾਂ ਦਵਾਈਆਂ ਸਨ। ਇਸਦਾ ਫਰਦ ਵੱਲੋਂ ਫਾਇਦਾ ਲਓ, ਆਪਣੇ ਬੱਚਿਆਂ ਨੂੰ ਪੜ੍ਹਾਓ ਲਿਖਾਓ, ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖੋ, ਉਹਨਾਂ ਦੀ ਨਿਗਰਾਨੀ ਰੱਖੋ,
ਆਪ ਵੀ ਮਿਹਨਤ ਕਰਕੇ ਜਿੱਥੋਂ ਤੱਕ ਹੋ ਸਕੇ ਉਹਨਾਂ ਨੂੰ ਅਗਾਂਹ ਵਧਣ ਵਾਸਤੇ ਉਤਸ਼ਾਹ। ਸਤਿਗੁਰ ਦੇ ਦਰਬਾਰ 'ਚ ਬੈਠੀ ਗੁਰੂ ਗ੍ਰੰਥ ਸਾਹਿਬ ਸਿੰਘ ਜੀਓ, ਆਪ ਸਭ ਬੜੇ ਹੀ ਭਾਗਯਸ਼ਾਲੀ ਹੋ ਜੋ ਅੱਜ ਮਾਘ ਮਹੀਨੇ ਦੀ ਸੰਕ੍ਰਾਂਤੀ 'ਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਲੈਣ ਲਈ ਗੁਰੂ ਦਰਬਾਰ ਦੇ ਵਿੱਚ ਨਤਮਸਤਕ ਹੋ ਕੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਲੈ ਰਹੇ ਹੋ, ਤਾਂ ਆਪ ਸਭ ਬੜੇ ਹੀ ਭਾਗਯਸ਼ਾਲੀ ਹੋ। ਔਰ ਇਸਦੀ ਸਭਾ ਗ੍ਰੰਥ ਸਭਾ ਨੂੰ ਆਪ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਲੱਖ 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 ਦਾਈ ਹੋਵੇ। ਔਰ ਗੁਰੂ ਮਹਾਰਾਜ ਦੀ ਕਾਮਨਾ ਕਰਦੇ ਹਾਂ, ਗੁਰੂ ਮਹਾਰਾਜ ਇਹ ਜੋ ਮਹੀਨਾ ਚੜਿਆ ਹੈ, ਜੋ ਨਵਾਂ ਸਾਲ ਚੜਿਆ ਹੈ, ਸਾਰਿਆਂ ਦੇ ਖੁਸ਼ੀਆਂ ਭਰੇ ਆਵੇ, ਸਾਰਿਆਂ ਦੇ ਖੁਸ਼ੀਆਂ ਖੇੜੇ ਬਣਾਵੇ। ਤਾਂ ਫਿਰ ਦੁਆਰਾ ਇਹ ਆਪਣੀ ਸਿੱਖ ਸਭਾ ਗ੍ਰੰਥ ਸਭਾ ਵੱਲੋਂ ਸਾਰੀ ਸੰਗਤ ਨੂੰ ਮਾਘ ਮਹੀਨੇ ਦੀ ਲੱਖ ਗੁਰੂ ਰਵਿਦਾਸ ਮੰਦਿਰ ਕਟੜਾ ਮਹੱਲਾ, ਅੱਜ ਦਾ ਪਵਿੱਤਰ ਦਿਹਾੜਾ ਮਕਰ ਸੰਕ੍ਰਾਂਤੀ ਦੀ ਸੰਗਰਾਂਦ ਹੈ, ਉਸ ਉਪਲਕਸ਼ ਵਿੱਚ ਗੁਰੂ ਰਵਿਦਾਸ ਜੀ ਦੀ ਪਵਿੱਤਰ ਬਾਣੀ ਦਾ ਪ੍ਰਚਾਰ ਸੰਗਤਾਂ ਵਿੱਚ ਕੀਤਾ ਗਿਆ। ਅੱਜ ਮਕਰ ਸੰਕ੍ਰਾਂਤੀ ਦੀ ਸਾਰੀ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ। ਅੱਜ ਦੇ ਇਸ ਪਵਿੱਤਰ ਦਿਹਾੜੇ 'ਤੇ ਸੰਗਤਾਂ ਦੂਰ ਦੂਰ ਪਵਿੱਤਰ ਸਥਾਨਾਂ 'ਤੇ ਆਪਣਾ ਜੋ ਕਿ ਇਸ਼ਨਾਨ ਵਗੈਰਾ ਕਰਨ ਜਾਂਦੇ ਨੇ ਅਤੇ ਆਪਣੇ ਸਰੀਰ ਨੂੰ ਹੋਰ ਪਵਿੱਤਰ ਧੰਨ ਜਾ ਕੇ ਪਵਿੱਤਰ ਕਰਦੇ ਨੇ। ਗੁਰੂ ਮਹਾਰਾਜ ਜੀ ਉਹਨਾਂ ਦੀ ਮਨ ਦੀ ਬਾਣੀ, ਉਹਨਾਂ ਦੇ ਜੀਵਨ ਦੇ ਵਿੱਚ ਅੱਛੇ ਸ਼ੁਭ ਵਿਚਾਰ ਲੈ ਕੇ ਆਉਣ। ਗੁਰੂ ਰਵਿਦਾਸ ਮਹਾਰਾਜ ਦੇ ਅੱਗੇ ਇਹੀ ਪ੍ਰਾਰਥਨਾ ਹੈ ਕਿ ਸਭ ਸਾਡੀ ਜਗਤ ਨੂੰ ਇੱਕ ਅੱਛੀ ਦਿਸ਼ਾ ਦੇਣ। ਅਤੇ ਮਕਰ ਸੰਕ੍ਰਾਂਤੀ ਦੀ ਇੱਕ ਵਾਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਅਤੇ ਮੇਰੇ ਡੈਡੀ ਸ਼੍ਰੀ ਮਦਨ ਲਾਲ ਜੀ ਖਿੰਦਰ, ਜੋ ਕਿ ਇਸ ਕਟੜਾ ਮਹੱਲਾ ਗੁਰੂ ਰਵਿਦਾਸ ਮੰਦਿਰ ਦੇ ਪ੍ਰਧਾਨ ਨੇ, ਉਹਨਾਂ ਵੱਲੋਂ ਵੀ ਸਾਰੀ ਸੰਗਤਾਂ ਨੂੰ ਮਕਰ ਸੰਕ੍ਰਾਂਤੀ ਦੀ ਸੰਗਰਾਂਦ ਦੀ ਲੱਖ ਲੱਖ ਮੁਬਾਰਕਾਂ। ਜੈ ਗੁਰੂਦੇਵ, ਜੈ ਸ਼੍ਰੀ ਗੁਰੂ ਰਵਿਦਾਸ। ਅੱਜ ਸਤਿਗੁਰੂ ਰਵਿਦਾਸ ਮਹਾਰਾਜ ਦੇ ਮੰਦਰ ਕਟੜਾ ਮਹੱਲਾ ਵਿਖੇ ਮਕਰ ਸੰਕ੍ਰਾਂਤੀ ਦਾ ਸ਼ੁਭ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ 'ਤੇ ਅਸੀਂ ਸਾਰੇ ਸੇਵਾਦਾਰ, ਸਾਰੀ ਹੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ ਇਸ ਸ਼ੁਭ ਦਿਹਾੜੇ ਦੀਆਂ। ਸਾਰਿਆਂ ਨੂੰ ਜੈ ਗੁਰੂਦੇਵ।